ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮ ਸਾਡੇ ਕੋਲ ਜਲੰਧਰ ਨਿਵਾਸੀਆਂ ਲਈ ਸਫੀਸ਼ੀਐਂਟ ਆਕਸੀਜਨ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਅੱਜ ਪਿਛਲੇ 4 ਦਿਨਾਂ ਤੋਂ ਲਗਾਤਾਰ ਦਿੱਲੀ ਦੇ ਮਰੀਜ਼ ਹਰਿਆਣਾ ਦੇ ਮਰੀਜ਼ ਆ ਕੇ ਜਲੰਧਰ ਦੇ ਹਸਪਤਾਲਾਂ 'ਚ ਦਾਖਲ ਹੋ ਰਹੇ ਕਿਉਂਕਿ ਉੱਥੇ ਬੈੱਡ ਨਹੀਂ ਮਿਲ ਰਹੇ ਇਸ ਕਰਕੇ ਸਾਡੀ ਜਿਹੜੀ ਡਿਮਾਂਡ ਰੋਜ਼ ਦੀ ਰੋਜ਼ ਵਧੀ ਜਾ ਰਹੀ ਹੈ ਜਿੰਨੀ ਸਪਲਾਈ ਰੈਗੂਲਰ ਆਂਦੀ ਸੀ ਕਿ ਆ ਨਹੀਂ ਰਹੀ ਇਸ ਕਰਕੇ ਉਹ ਇਸ਼ੂ ਸਭ ਤੋਂ ਵੱਡਾ ਬੜਿਆ ਹੋਇਆ ਲੋਕਲ ਇਸ਼ੂਜ਼ ਇੱਥੇ ਕੋਈ ਨਹੀਂ ਹੈ ਸੋ ਇੱਥੇ ਬੈਡਸ ਦੀ ਕੋਈ ਅਵੇਲੇਬਿਲਟੀ ਦਾ ਇਸ਼ੂ ਨਹੀਂ ਹੈ ਤਾਂ ਹੀ ਦਿੱਲੀ ਦੇ ਪੇਸ਼ੈਂਟਸ ਨੂੰ ਮਿਲੀ ਜਾ ਰਿਹਾ ਸੋ ਮੈਨੂੰ ਲੱਗਦਾ ਪੰਜਾਬ ਤਾਂ ਇਸ ਟਾਈਮ ਬੈਸਟ ਮੈਨੇਜਡ ਸਟੇਟ ਹੈ ਠੀਕ ਹੈ ਨਾ ਬਲਕਿ ਅਸੀਂ ਤਾਂ ਹੁਣ ਯੂਪੀ ਹਰਿਆਣਾ ਇਹਨਾਂ ਦਾ ਲੋਡ ਲੈ ਰਹੇ ਹਾਂ ਈਵਨ ਇੱਥੇ 15 ਪੇਸ਼ੈਂਟ ਜਲੰਧਰ ਦੇ ਵਿੱਚ ਹਿਮਾਚਲ ਦੇ ਵੀ ਨੇ ਤੇ 10 ਇੱਕ ਪੇਸ਼ੈਂਟ ਜੰਮੂ ਦੇ ਵੀ ਪੇਸ਼ੈਂਟ ਨੇ ਸੋ ਹਲੇ ਦੋਲੇ ਵਾਲੇ ਸਾਰੇ ਸਟੇਟ ਦੇ ਪੇਸ਼ੈਂਟ ਜਲੰਧਰ ਦੇ ਵੀ ਆ ਰਹੇ ਨੇ ਕਿਉਂਕਿ ਇੱਥੇ ਹਲੇ ਵੀ ਅਸੀਂ ਇਨਸ਼ੋਰ ਕੀਤਾ ਹੋਇਆ ਅਵੇਲੇਬਿਲਿਟੀ ਆਫ ਬੈਡਸ ਐਂਡ ਆਕਸੀਜਨ ਪਰ ਸਿਚੁਏਸ਼ਨ ਅੱਗੇ ਸੀਰੀਅਸ ਹੋ ਸਕਦੀ ਹੈ ਨਾ ਕਿ ਸਾਨੂੰ ਅੱਜ ਕੋਈ ਇਦਾਂ ਦਾ ਰੂਲ ਹੋਵੇ ਕਿ ਜਲੰਧਰ ਦੇ ਬੈਡ ਜਲੰਧਰ ਜਾਂ ਪੰਜਾਬ ਦੇ ਪੇਸ਼ੈਂਟਸ ਲਈ ਮਿਲਣਗੇ ਪੰਜਾਬ ਵੀ ਅਸੀਂ ਸਾਂਭ ਲਾਂਗੇ ਪਰ ਜਦੋਂ ਕਿਉਂਕਿ ਇਹ ਇਸ ਤੇ ਕੋਈ ਰੋਗ ਨਹੀਂ ਲੱਗ ਸਕਦੀ ਤੇ ਇਹ ਤਾਂ ਪ੍ਰੋਬਲਮ ਸਾਂਝੀ ਹੈ ਸਾਰੇ ਅਸੀਂ ਸਾਰੇ ਇਸ ਜੇ ਜੂਝ ਰਹੇ ਹਾਂ ਸੋ ਇਸ ਕਰਕੇ ਹਲੇ ਤੱਕ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਬਟ ਪਲੀਜ਼ ਆਪਾ ਵੈਕਸੀਨੇਸ਼ਨ ਜਰੂਰ ਕਰਾਈਏ ਸੂਬਿਆਂ ਦੇ ਨਾਲ-ਨਾਲ ਪੂਰੇ ਦੇਸ਼ ਦੇ ਵਿੱਚ ਜਿਹੜੇ ਕੇਸ ਕਰੋਨਾ ਦੇ ਨੇ ਵਧਦੇ ਜਾ ਰਹੇ ਨੇ ਔਰ ਇਸ ਵਿਪਤਾ ਦੀ ਘੜੀ ਦੇ ਵਿੱਚ ਜਿੱਥੇ ਬਹੁਤ ਸਾਰੇ ਰਿਮੋਰ ਫੈਲ ਰਹੇ ਨੇ ਨਾਲ ਦੀ ਨਾਲ ਹੁਣ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਕਿ ਕਈ ਜਗਾਵਾਂ ਤੋਂ ਆਕਸੀਜਨ ਕਾਰਟੂਨ ਦੀਆਂ ਖਬਰਾਂ ਆ ਰਹੀਆਂ ਨੇ ਫਿਰ ਬੈੱਡ ਦੀ ਸਮਰੱਥਾ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਤੁਹਾਡੇ ਮਨਾਂ ਦੇ ਵਿੱਚ ਚੱਲ ਰਹੇ ਹੋਣਗੇ ਅੱਜ ਗੱਲਬਾਤ ਕਰਨ ਦੇ ਲਈ ਡਿਪਟੀ ਕਮਿਸ਼ਨਰ ਮੇਰੇ ਨਾਲ ਗਨਸ਼ਮ ਥੋਰੀ ਜੀ ਮੌਜੂਦ ਨੇ ਜਾਣਕਾਰੀ ਹਾਸਲ ਕਰਦਿਆਂ ਕਰੋਨਾ ਦੇ ਪ੍ਰਤੀ ਸਰ ਸਵਾਗਤ ਹੈ ਸਸਿਕਾ ਹਾਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਸਰ ਜਿੱਦਾਂ ਮੈਂ ਗੱਲ ਕੀਤੀ ਕਿ ਇੱਕ ਪਾਸੇ ਤਾਂ ਵਿਪਤਾ ਦੀ ਘੜੀ ਹੈ ਪਰ ਬਹੁਤ ਸਾਰੇ ਰਿਯੂਮਰ ਵੀ ਜਿਹੜੇ ਨੇ ਉਹ ਸ਼ਹਿਰ ਦੇ ਨਾਲ-ਨਾਲ ਪੂਰੇ ਸੂਬੇ ਦੇ ਵਿੱਚ ਫੈਲ ਰਹੇ ਨੇ ਅਸਲ ਸਥਿਤੀ ਦੀ ਜਾਣਕਾਰੀ ਲੈਣੀ ਚਾਹੀਏ ਤਾਂ ਕਿ ਸਥਿਤੀ ਕੀ ਹੈ ਸ਼ਹਿਰ ਦੀ ਸਥਿਤੀ ਕੀ ਹੈ ਕਿੰਨੇ ਕੁ ਬੈੱਡਾਂ ਦੀ ਸਮਰੱਥਾ ਹੈ ਔਰ ਆਕਸੀਜਨ ਪ੍ਰਤੀ ਜਿਹੜਾ ਸ਼ਹਿਰ ਹੈ ਉਹ ਕਿੱਥੇ ਖੜਾ ਹੈ ਸੋ ਆਕਸੀਜਨ ਦੇ ਵਿੱਚ ਜੇਕਰ ਸਾਡੇ ਕੋਲ ਜਲੰਧਰ ਨਿਵਾਸੀਆਂ ਲਈ ਸਫੀਸ਼ੀਐਂਟ ਆਕਸੀਜਨ ਹੈ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਅੱਜ ਪਿਛਲੇ 4 ਦਿਨਾਂ ਤੋਂ ਲਗਾਤਾਰ ਦਿੱਲੀ ਦੇ ਮਰੀਜ਼ ਹਰਿਆਣਾ ਦੇ ਮਰੀਜ਼ ਆ ਕੇ ਜਲੰਧਰ ਦੇ ਹਸਪਤਾਲਾਂ 'ਚ ਦਾਖਲ ਹੋ ਰਹੇ ਹਨ ਕਿਉਂਕਿ ਉੱਥੇ ਬੈੱਡ ਨਹੀਂ ਮਿਲ ਰਹੇ ਇਸ ਕਰਕੇ ਸਾਡੀ ਜਿਹੜੀ ਡਿਮਾਂਡ ਰੋਜ਼ ਦੀ ਰੋਜ਼ ਵਧੀ ਜਾ ਰਹੀ ਹੈ ਪਲਸ ਲਿਕੁਇਡ ਆਕਸੀਜਨ ਦੀ ਸਪਲਾਈ ਜਿਹੜੀ ਹੈਗੀ ਉਹ ਪਿੱਛੇ ਤੋਂ ਆਉਂਦੀ ਨਹੀਂ ਹੈ ਕਿਉਂਕਿ ਸਾਰਾ ਜਿਹੜੀ ਆ ਰਹੀ ਸੀਗੀ ਉਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਵਾਰ ਸੈਂਟਰਲਾਈਜ਼ ਕਰ ਲਈ ਤੇ ਉਹ ਅ alloate ਕਰਦੇ ਨੇ alloocation ਇਸ ਟਾਈਮ ਦਿੱਲੀ ਯੂਪੀ ਦੀ ਜ਼ਿਆਦਾ ਹੈ ਕਿਉਂਕਿ ਉੱਥੇ ਹੋਰ ਜ਼ਿਆਦਾ ਸੀਵियर ਸ਼ਾਰਟੇਜ ਹੈ ਤੇ ਜਿਹੜੀ ਇੱਥੇ ਸਾਡੇ ਕੋਲ 2200 ਕੈਪੈਸਿਟੀ ਹੈ 2200 ਸਿਲੰਡਰ ਦੀ ਜਿਹੜੀ ਅਸੀਂ ਕਿ ਬਿਨਾ ਲਿਕੁਇਡ ਆਕਸੀਜਨ ਦੇ ਬਣਾ ਸਕਦੇ ਹਾਂ ਉਹ ਅਸੀਂ ਪੁਲਿਸ ਦੇ ਕਨਸਟੇਬਲ ਇੱਕ ਇੱਕ ਗੱਡੀ 'ਚ ਬਿਠਾ ਕੇ ਇਨਸ਼ੋਰ ਕਰਾ ਰਹੇ ਹਾਂ ਕਿ ਸਿਰਫ ਹਸਪਤਾਲਾਂ ਨੂੰ ਜਾਵੇ ਕਿੱਥੇ ਕੋਈ ਇੰਡਸਟਰੀ ਨੂੰ ਡਾਇ ਜੇਕਰ ਸਾਨੂੰ ਲਿਕੁਇਡ ਆਕਸੀਜਨ ਮਿਲ ਜਾਂਦੀ ਹੈ ਤਾਂ ਅਸੀਂ 6000 ਤੱਕ ਬਣਾ ਸਕਦੇ ਹਾਂ ਜਿਸ ਤੋਂ ਹਸਪਤਾਲਾਂ ਦੀ ਅੱਜ ਦੀ ਰਿਕੁਆਇਰਮੈਂਟ ਤਿੰਨ ਹਜ਼ਾਰ ਹੀ ਹੈ ਬਾਕੀ ਤਿੰਨ ਹਜ਼ਾਰ ਇੰਡਸਟਰੀ ਨੂੰ ਜਾਂਦੇ ਸੀ ਜਿਹੜੀ ਬੰਦ ਹੈ ਪਰ ਕਿਉਂਕਿ ਲਿਕੁਇਡ ਆਕਸੀਜਨ ਦੀ ਸਪਲਾਈ ਪਿੱਛੇ ਤੋਂ ਬੜੀ ਘਟ ਆਂਦੀ ਹੈ ਅਸੀਂ ਆਹੀ 2500 ਦੇ ਲੱਗ ਕੇ ਕਦੇ 3000 ਲੱਗ ਕੇ ਉਸੇ ਦੇ ਵਿੱਚ ਬਣਾ ਪਾ ਰਹੇ ਤਾਂ ਕਿਦਾਂ ਹੀ ਮੈਨੇਜ ਕਰ ਰਹੇ ਹਾਂ ਟੱਚ ਐਂਡ ਗੋ ਸਿਚੁਏਸ਼ਨ ਬਣੀ ਹੋਈ ਹੈ ਮੇਰੀ ਅਪੀਲ ਹੁਣ ਜਲੰਧਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਮੇਂ ਰਹਿੰਦੇ ਵੈਕਸੀਨੇਸ਼ਨ ਲਗਵਾ ਲਓ ਕੱਲ ਨੂੰ ਇਹ ਵਿਪਦਾ ਹੋਰ ਮੈਨੂੰ ਵੱਧ ਦੀ ਲੱਗ ਰਹੀ ਹੈ ਅੱਗੇ ਕਿਉਂਕਿ ਇਹ ਦਿੱਲੀ ਦੇ ਪੇਸ਼ੈਂਟ ਹਰਿਆਣਾ ਦੇ ਪੇਸ਼ੈਂਟ ਨੂੰ ਅਸੀਂ ਮਨਾ ਨਹੀਂ ਕਰ ਸਕਦੇ ਜੇਕਰ ਕੋਈ ਪੇਸ਼ੈਂਟ ਮਰਦਾ ਹੋਵੇ ਕੋਈ ਜਾਨ ਬਚਾਉਂਦਾ ਹੋਊਗਾ ਅਸੀਂ ਉਹਨਾਂ ਨੂੰ ਨਹੀਂ ਮਨਾ ਕਰ ਸਕਦੇ ਕਿਤੇ ਇਹ ਨਾ ਹੋਵੇ ਕਿ ਜਦੋਂ ਸਾਨੂੰ ਲੋਡ ਪਵੇ ਤਾਂ ਸਾਨੂੰ ਬੈੱਡ ਨਾ ਮਿਲੇ ਐਂਡ ਸਮੇਂ ਰਹਿੰਦੇ ਅਸੀਂ ਵੈਕਸੀਨ ਨਹੀਂ ਲਗਾ ਰਹੇ ਅੱਜ ਦੀ ਡੇਟ 'ਚ ਸਾਡੀ 30000 ਦੀ ਡੇਲੀ ਕੈਪੈਸਿਟੀ ਹੈ ਵੈਕਸੀਨੇਸ਼ਨ ਦੀ ਕੱਲ 10000 ਲੱਗਦਾ 20000 ਦੀ ਡੇਲੀ ਕੈਪੈਸਿਟੀ ਖਾਲੀ ਜਾਂਦੀ ਹੈ ਜਿੱਦਾਂ ਤੁਸੀਂ ਹਸਪੀਟਲ ਦੇ ਬਾਹਰ ਲਾਈਨਾਂ ਦੇਖਦੇ ਹੋ ਉਦਾਂ ਦੀ ਲਾਈਨਾਂ ਵੈਕਸੀਨ ਦੇ ਸੈਸ਼ਨ ਸਾਈਟਸ ਦੇ ਬਾਹਰ ਹੋਣੀ ਚਾਹੀਦੀ ਹੈ ਸਾਡੇ ਕੋਲ ਮੈਂ ਤਾਂ ਇਹ ਚਾਹਾਂਗਾ ਕਿ ਅਸੀਂ ਰੋਜ਼ ਲਗਾਦੀ ਵੀ ਅੱਜ 30000 ਦਾ ਸਟਾਕ ਮਿਲਿਆ 30000 ਅਗਲੇ ਦਿਨ ਖਾਲੀ ਵੀ ਵੈਕਸੀਨ ਬੰਦ ਕਿਉਂਕਿ ਸਾਡੇ ਕੋਲ ਵੈਕਸੀਨ ਨਹੀਂ ਹੈ ਉਹ ਇਹ ਨਹੀਂ ਹੋ ਰਿਹਾ 30000 ਦੇ ਅਗੇ ਸਿਰਫ 10000 ਲੱਗਦੀ ਹੈ ਬੜਾ ਸਲੋ ਪ੍ਰੋਸੈਸ ਚੱਲ ਰਿਹਾ ਹੈ ਇਹ ਇਦਾਂ ਆਪਾਂ ਐਪੀਡੈਮਿਕ ਨੂੰ ਨਹੀਂ ਡੀਲ ਕਰ ਪਾਵਾਂਗੇ ਇਟ ਇਜ਼ ਰੇਸ ਅਗੇਂਸਟ ਟਾਈਮ ਤਾਂ ਆਪਾਂ ਸਮੇਂ ਰਹਿnde ਵੈਕਸੀਨ ਕਰਾ ਲਓ ਅੱਗੇ ਸਥਿਤੀ ਹੋਰ ਮਤਲਬ ਨਾਜੁਕ ਬਣੀ ਹੋਈ ਹੈ ਇਹ ਮੈਂ ਕਹਾਂਗਾ ਜੀ ਔਰ ਵੈਕਸੀਨੇਸ਼ਨ ਦੀ ਜਿੰਦਾ ਤੁਸੀਂ ਸਰ ਗੱਲ ਕੀਤੀ ਕਿ 30000 ਪਰ ਡੇ ਆਪਣੇ ਕੋਲ ਸਮਰਥਾ ਹੈ ਲਗਾਉਂਦੀ ਪਰ 10000 ਲਗਾਈ ਜਾ ਰਹੀ ਹੈ ਕਿੰਨੇ ਕਿਤੇ ਰਿਊਮਰ ਨੇ ਸੋਸ਼ਲ ਮੀਡੀਆ ਤੇ ਫੈਲ ਰਹੇ ਨੇ ਕਿ ਵੈਕਸੀਨੇਸ਼ਨ ਲਗਵਾਉਣ ਦੇ ਨਾਲ ਤੁਹਾਡਾ ਬੁਖਾਰ ਨਹੀਂ ਉਤਰਦਾ ਜਾਂ ਬਹੁਤ ਮਤਲਬ ਘਟ ਇਦਾਂ ਦੇ ਰਿਊਮਰ ਵੀ ਆਏ ਨੇ ਆਏ ਜਰੂਰ ਨੇ ਕਿ ਇਸ ਦੇ ਨਾਲ ਡੈਥ ਵੀ ਹੋ ਜਾਂਦੀ ਹੈ ਕਈ ਇਹ ਜਰੂਰ ਕਲੀਅਰ ਕਰਦੇ ਹੋ ਕਿਉਂਕਿ ਤਾਂ ਹੀ ਇਹਦਾ ਕਾਰਨ ਹੈ ਕਿ ਕੋਈ ਰਿਊਮਰ ਫੈਲ ਰਹੇ ਨੇ ਲੋਕ ਵੈਕਸੀਨੇਸ਼ਨ ਪ੍ਰਤੀ ਇੰਨੇ ਜਾਗਰੂਕ ਨਹੀਂ ਹੈ ਤੁਸੀਂ ਕਲੀਅਰ ਜਰੂਰ ਕਰ ਦਿਓ ਇਸ ਚੀਜ਼ ਸੋ ਪਹਿਲੇ ਇਹ ਵੀ ਰਿਊਮਰ ਮੈਂ ਸੁਣ ਰਿਹਾ ਸੀਗਾ ਬਾਹਰ ਕਿ ਗਵਰਨਮੈਂਟ ਨੇ ਹੁਣ ਵੈਕਸੀਨ ਦੇ ਟੀਕੇ ਪੂਰੇ ਕਰਨੇ ਹੈ ਤੇ ਇਸ ਕਰਕੇ ਕੋਰੋਨਾ ਦੇ ਨੰਬਰ ਵਧਾਏ ਜਾ ਰਹੇ ਹਨ ਜੀ ਏ ਤੁਸੀਂ ਵੀ ਰੂਮਰ ਸੁਣੀ ਹੋਣੀ ਪਰ ਅੱਜ ਕਿਹੜਾ ਚੈਨਲ ਹੈ ਜਿੱਥੇ ਤੁਸੀਂ ਇਹ ਨਾ ਦੇਖ ਰਹੇ ਹੋ ਵੀ ਲੋਕਾਂ ਮਰ ਰਹੇ ਆ ਲੋਕੀ ਹਸਪੀਟਲ ਦੇ ਬਾਹਰ ਆ ਕੀ ਉਹ ਸਾਰਾ ਫੇਕ ਹੈ ਕੀ ਕੋਰੋਨਾ ਨਹੀਂ ਹੈ ਇੱਕ ਵੀ ਚੈਨਲ ਇੱਕ ਵੀ ਅਖਬਾਰ ਦਾ ਮੈਨੂੰ ਲੱਗਦਾ ਕੋਈ ਪੰਨਾ ਨਹੀਂ ਬਚਿਆ ਜਿੱਥੇ ਸਿਰਫ ਆਹੀ ਕੋਰੋਨਾ ਦੀ ਡੈਥ ਦੀ ਖਬਰ ਹੀ ਨਾ ਹੋ ਸੋ ਕੋਰੋਨਾ ਪਹਿਲੀ ਤਾਂ ਗੱਲ ਹੈ ਬੜੀ ਰੀਅਲ ਹੈ ਅੱਛਾ ਜਦੋਂ ਕੋਰੋਨਾ ਦੀ ਡੈਥ ਤੁਸੀਂ ਦੇਖਦੇ ਹੋ 4000 ਦੀ ਡੈਥ ਠੀਕ ਹੈ ਇੱਥੇ 2.5 ਲੱਖ 3 ਲੱਖ 3 ਲੱਖ ਪਲੱਸ ਲੋਕਾਂ ਨੂੰ ਕੋਰੋਨਾ ਦਾ ਇੰਜੈਕਸ਼ਨ ਲੱਗ ਚੁਕਿਆ ਹੈ ਕਿਥੇ ਕੋਈ ਇੱਕਾ ਦਾ ਕੋਈ ਨੈਚੁਰਲ ਡੈਥ ਤਿੰਨ ਲਗਾਜੀ ਹੋ ਜਾਂਦੀ ਲੋਕੀ ਰੂਮਰ ਕਰ ਦਿੰਦੇ ਵੀ ਇਹ ਤਾਂ ਵੈਕਸੀਨ ਲੱਗ ਕੇ ਹੋ ਗਈ ਹੈ ਇਹ ਸਾਰੀ ਗਲਤ ਨੇ ਅਫਵਾਵਾ ਨੇ ਸੋ ਇਹ ਵੈਕਸੀਨੇਸ਼ਨ ਸੇਫ ਹੈ ਸਾਡੇ ਜਿਹੜੇ ਅੱਧੇ ਘੰਟੇ ਦੇ ਜਿਹੜਾ ਪੀਰੀਅਡ ਹੁੰਦਾ ਉਹ ਕ੍ਰਿਟੀਕਲ ਹੁੰਦਾ ਅਸੀਂ ਸਾਰਿਆਂ ਨੂੰ ਅੰਡਰ ਹਸਪੀਟਲ ਦੇ ਅਬਜ਼ਰਵੇਸ਼ਨ 'ਚ ਰੱਖਦੇ ਆ ਸਾਡੇ ਏਈਐਫ 5 ਕਹਿੰਦੇ ਨੇ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਈਜੇਸ਼ਨ ਬੜੇ ਹੀ ኤਫਆਈ ਜਿਹੜੇ ਇਵੈਂਟ ਆਏ ਨੇ ਉਹ ਮਾਈਡ ਨੇ ਕੋਈ ਸੀਵੀਅਰ ਕੇਸਸ ਆਫ ਐਫਆਈ ਵੀ ਜਿੱਥੇ ਕੋਈ ਡੈਥ ਹੋ ਜਾਵੇ ਕੋਈ ਕੇਸ ਨਹੀਂ ਹੋਇਆ ਜਲੰਧਰ ਦੇ ਵਿੱਚ ਤੇ ਆਪਾਂ ਤੰਤਾ ਲਗਾ ਦਈਏ ਲਾਈਨਾਂ ਲਗਾ ਦਈਏ ਵੈਕਸੀਨ ਦੇ ਬਾਅਦ ਭੀੜ ਭੜਾਕਾ ਹੋਣਾ ਚਾਹੀਦਾ ਉੱਥੇ ਵੀ ਲੋਕਾਂ ਨੂੰ ਵੈਕਸੀਨ ਲਗਾਨੀ ਹੈ ਠੀਕ ਹੈ ਨਾ ਸੋ ਇਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਅੱਗੇ ਸਿਚੁਏਸ਼ਨ ਹੋਰ ਗੜਬੜ ਹੋ ਰਹੀ ਹੈ ਮੈਂ ਆਪਣੇ ਬੈਚਮੇਟ ਨਾਲ ਐਮਪੀ Jharkhand ਉੱਥੇ ਗੱਲ ਕਰ ਰਿਹਾ ਕੋਈ ਸਾਡੇ ਜਿੱਦਾਂ ਆਈਐਸ ਅਫੀਸਰ ਦਾ ਵੀ ਗਰੁੱਪ ਬਣਿਆ ਉੱਥੇ ਉਹ ਵੀ ਬੈਡ ਨਹੀਂ ਦਵਾ ਪਾਰੇ ਠੀਕ ਹੈ ਅੱਜ ਮੇਰੀ ਡੀਐਮ ਮੇਰਠ ਨਾਲ ਕੋਈ ਕਿਸੇ ਜਿਹੜਾ ਮੇਰਾ ਬੈਚਮੇਟ ਹੈ ਉਹਦੇ ਨਾਲ ਗੱਲ ਹੋਈ ਉੱਥੇ ਦੇ ਨਗਰ ਨਿਗਮ ਕਮਿਸ਼ਨਰ ਨਾਲ ਕੋਈ ਮੇਰਠ ਦੇ ਵਿੱਚ ਤੇ ਮੇਰਠ ਦੇ ਵਿੱਚ ਇੱਕ ਵੀ ਬੈੱਡ ਨਹੀਂ ਦਿਲਾ پا ਰਹੇ ਉਹ ਕਰੇ ਇੱਕ ਦੋ ਦਿਨ ਵੇਟ ਕਰੋ ਸੋ ਇਹ ਸਿਚੁਏਸ਼ਨ ਜਦੋਂ ਹੁੰਦੀ ਹੈ ਤਾਂ ਪੇਸ਼ੈਂਟ ਕੀ ਕਰਦੇ ਨੇ ਉਹ ਦੂਜੇ ਆਲੇ ਦੁਆਲੇ ਵਾਲੇ ਸਟੇਟਸ 'ਚ ਆ ਜਾਣ ਲੱਗਦੇ ਦਿੱਲੀ ਦੇ ਪੇਸ਼ੈਂਟ ਆਣ ਲੱਗੇ ਹਰਿਆਣਾ ਦੇ ਪੇਸ਼ੈਂਟ ਆਣ ਲੱਗੇ ਸੋ ਅੱਗੇ ਸਿਚੁਏਸ਼ਨ ਬਾਹਰ ਦੇ ਪੇਸ਼ੈਂਟਸ ਦੇ ਕਰਕੇ ਗ੍ਰਿਮ ਬਨ ਸਕਦੀ ਹੈ ਇਸ ਕਰਕੇ ਆਪਾਂ ਸਮੇਂ ਰੰਦੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਈਏ ਜੀ ਔਰ ਜਦੋਂ ਰੂਮਰ ਦੀ ਆਪਾਂ ਅਕਸਰ ਗੱਲ ਕਰ ਰਹੇ ਹਾਂ ਤਾਂ ਚਰਚਾਵਾਂ ਇਹ ਨੇ ਜਿੱਥੇ ਕਰੋਨਾ ਤੋਂ ਬਚਣ ਦੀ ਚਰਚਾ ਹੋਣੀ ਚਾਹੀਦੀ ਹੈ ਉੱਥੇ ਚਰਚਾਵਾਂ ਵੱਧ ਤੋਂ ਵੱਧ ਸਰ ਇਹ ਛੜੀਆਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਇਹ ਜਿਹੜੇ ਪ੍ਰਸ਼ਾਸਨ ਦੇ ਹੱਥੋਂ ਬਾਹਰ ਨੇ ਕਿਤਨਾ ਕਿਤੇ ਆਕਸੀਜਨ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਨਾਲ ਦੀ ਨਾਲ ਬੈੱਡ ਸਮਰੱਥਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਇਹਦੇ ਬਾਬਤ ਕਲੀਅਰ ਜਰੂਰ ਕਰ ਦਿਓ ਕਿ ਫਿਲਹਾਲ ਪੰਜਾਬ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਸਥਿਤੀ ਕੀ ਹੈ ਸੋ ਪੰਜਾਬ ਮੈਨੂੰ ਲੱਗਦਾ ਪੂਰੇ ਦੇਸ਼ ਦਾ ਬੈਸਟ ਮੈਨੇਜਡ ਸਟੇਟ ਹੈ ਦੇਖੋ ਦਿੱਲੀ ਦੇ ਹਾਲਤ ਹੈ ਕਿ ਉਹਨਾਂ ਦੇ ਪੇਸ਼ੈਂਟ ਸਾਨੂੰ ਆ ਰਹੇ ਹਨ ਹਰਿਆਣਾ ਦੀ ਹਾਲਤ ਹੈ ਕਿ ਉਹਨਾਂ ਦੇ ਪੇਸ਼ੈਂਟ ਅੱਜ ਜਲੰਧਰ ਪਏ ਤੇ ਇਹਦਾ ਮਤਲਬ ਤੁਸੀਂ ਕੀ ਸਮਝਦੇ ਹੋ ਵੀ ਆਪਣੇ ਉਹਨਾਂ ਤੋਂ ਬੈਟਰ ਮੈਨੇਜ ਕਰ ਰਹੇ ਤਾਂ ਹੀ ਪੇਸ਼ੈਂਟ ਉਹਨਾਂ ਦੇ ਇੱਥੇ ਆ ਰਹੇ ਹੈ ਕਿ ਇੱਥੋਂ ਦੇ ਪੇਸ਼ੈਂਟ ਪੰਜਾਬ ਜਾ ਰਹੇ ਸੋ ਦਿਸ ਇਜ਼ ਵੈਰੀ ਕਲੀਅਰ ਕਿ ਸਾਡੀ ਮੈਨੇਜਮੈਂਟ ਚੰਗੀ ਹੈ ਸਾਰਾ ਇਨਫਰਾਸਟ੍ਰਕਚਰ ਚੰਗੇ ਇਸ ਟਾਈਮ ਵੀ ਜਿਹੜੀ ਸਾਡੀ ਬੈਡ ਓਕਿਊਪੈਂਸੀ ਹੈ ਉਹ 70% ਤੇ ਆਈ ਹੈ L3 ਔਰ L2 ਵਾਲੇ ਤਾਂ 40% ਪੇਸ਼ੈਂਟ ਨੇ 60% ਖਾਲੀ ਹੈ ਬਟ ਜਿਹੜੀ ਸਾਨੂੰ ਇਸ ਟਾਈਮ ਸ਼ਾਰਟੇਜ ਜਿਹੜੀ ਅੱਗੇ ਲੱਗ ਰਹੀ ਹੈ ਕਿਉਂਕਿ ਲਿਕਵਿਡ ਆਕਸੀਜਨ ਦੀ ਸਪਲਾਈ ਸਾਡੇ ਹੱਥ 'ਚ ਨਹੀਂ ਹੈ ਜਲੰਧਰ ਦੇ ਵਿੱਚ ਵੀ ਹਮੇਸ਼ਾ ਤੋਂ ਹੀ ਸਪਲਾਈ ਪਾਣੀ ਪੱਤੋਂ ਆਂਦੀ ਰਹੀ ਹੈ ਹੁਣ ਪਾਣੀ ਪੱਤੋਂ ਸਪਲਾਈ ਦੀ ਜਿਹੜੀ ਹੈ ਉੱਥੇ ਬੋਟਲ ਲੈਕਸ ਬਣ ਗਏ ਨੇ ਜਿੰਨੀ ਸਪਲਾਈ ਰੈਗੂਲਰ ਆਂਦੀ ਸੀਗੀ ਆ ਨਹੀਂ ਰਹੀ ਹੈ ਇਸ ਕਰਕੇ ਉਹ ਇਸ਼ੂ ਸਭ ਤੋਂ ਵੱਡਾ ਬੜਿਆ ਹੋਇਆ ਲੋਕਲ ਇਸ਼ੂਜ਼ ਇੱਥੇ ਕੋਈ ਨਹੀਂ ਹੈ ਜੀ ਸੋ ਇੱਥੇ ਬெட்ਸ ਦੀ ਕੋਈ ਅਵੇਲੇਬਿਲਿਟੀ ਦਾ ਇਸ਼ੂ ਨਹੀਂ ਹੈ ਤਾਂ ਹੀ ਦਿੱਲੀ ਦੇ ਪੇਸ਼ੈਂਟਸ ਨੂੰ ਮਿਲੀ ਜਾ ਰਹੀ ਹੈ ਸੋ ਮੈਨੂੰ ਲੱਗਦਾ ਪੰਜਾਬ ਤਾਂ ਇਸ ਟਾਈਮ ਬੈਸਟ ਮੈਨੇਜਡ ਸਟੇਟ ਹੈ ਠੀਕ ਹੈ ਨਾ ਬਲਕਿ ਅਸੀਂ ਤਾਂ ਹੁਣ ਯੂਪ ਹਰਿਆਣਾ ਇਹਨਾਂ ਦਾ ਲੋਡ ਲੈ ਰਹੇ ਹਾਂ ਈਵਨ ਇੱਥੇ 15 ਪੇਸ਼ੈਂਟ ਜਲੰਧਰ ਦੇ ਵਿੱਚ ਹਿਮਾਚਲ ਦੇ ਵੀ ਨੇ ਤੇ 10 ਇੱਕ ਪੇਸ਼ੈਂਟ ਜੰਮੂ ਦੇ ਵੀ ਪੇਸ਼ੈਂਟ ਨੇ ਸੋ ਆਲੇ ਦੁਆਲੇ ਵਾਲੇ ਸਾਰੇ ਸਟੇਟ ਦੇ ਪੇਸ਼ੈਂਟ ਜਲੰਧਰ ਦੇ ਵੀ ਆ ਰਹੇ ਨੇ ਕਿਉਂਕਿ ਇੱਥੇ ਹਲੇ ਵੀ ਅਸੀਂ ਇਨਸ਼ੋਰ ਕੀਤਾ ਹੋਇਆ ਅਵੇਲੇਬਿਲਿਟੀ ਆਫ ਬੈਡਸ ਐਂਡ ਆਕਸੀਜਨ ਪਰ ਸਿਚੁਏਸ਼ਨ ਅੱਗੇ ਸੀਰੀਅਸ ਹੋ ਸਕਦੀ ਹੈ ਨਾ ਕਿ ਸਾਨੂੰ ਅੱਜ ਕੋਈ ਇਦਾਂ ਦਾ ਰੂਲ ਹੋਵੇ ਕਿ ਜਲੰਧਰ ਦੇ ਬੈਡ ਜਲੰਧਰ ਜਾਂ ਪੰਜਾਬ ਦੇ ਪੇਸ਼ੈਂਟਸ ਲਈ ਮਿਲਣਗੇ ਪੰਜਾਬ ਵੀ ਅਸੀਂ ਸਾਂਭ ਲਾਂਗੇ ਪਰ ਜਦੋਂ ਕਿਉਂਕਿ ਇਹ ਇਸ ਤੇ ਕੋਈ ਰੋਗ ਨਹੀਂ ਲੱਗ ਸਕਦੀ ਤੇ ਇਹ ਤਾਂ ਪ੍ਰੋਬਲਮ ਸਾਂਝੀ ਹੈ ਸਸੀਂ ਸਾਰੇ ਇਸ ਜੇ ਜੂਝ ਰਹੇ ਆਂ ਸੋ ਇਸ ਕਰਕੇ ਹਲੇ ਤੱਕ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਬਟ ਪਲੀਜ਼ ਆਪਾਂ ਵੈਕਸੀਨੇਸ਼ਨ ਜ਼ਰੂਰ ਕਰਾਈਏ ਪੰਜਾਬ ਦਾ ਵੈਕਸੀਨੇਸ਼ਨ ਦੇ ਵਿੱਚ ਪੂਰ ਰਿਕਾਰਡ ਹੈ ਜੀ ਠੀਕ ਹੈ ਸੋ ਆਪਾਂ ਹਸਪੀਟਲਸ ਦਾ ਬੈਸਟ ਮੈਨੇਜ ਕਰ ਲਾਂਗੇ ਪਰ ਜੇਕਰ ਜਿੰਨੀ ਆਪਾਂ ਪੰਜਾਬ ਜਿੰਨੀ ਵੈਕਸੀਨੇਸ਼ਨ ਕਰਦਾ ਹੈ ਰਾਜਸਥਾਨ 5 ਗੁਣਾ ਕਰਦਾ ਉਸਦੇ ਆਬਾਦੀ ਚਲੋ ਉਹਨਾਂ ਦੀ ਦੁੱਗਣੀ ਹੋਣੀ ਪਰ 5-5 ਗੁਣਾ ਕਰ ਰਿਹਾ ਬਹੁਤ ਸਟੇਟਸ ਉੱਥੇ ਮੈਂ ਜਦੋਂ ਗੱਲ ਕਰਦਾ ਲਾਈਨ ਲੱਗੀਆਂ ਹੁੰਦੀਆਂ ਨੇ ਵੈਕਸੀਨ ਦੇ ਬਾਰੇ ਇੱਥੇ ਅਸੀਂ ਮੋਬਾਈਲ ਕੈਂਪ ਲਗਾਉਂਦੇ ਤਾਂ ਵੀ ਉੱਥੇ ਸੌ ਨਹੀਂ ਲਗਵਾਂਦੀ ਸੋ ਇਹ ਇਸ਼ੂ ਬੜਾ ਸੀਰੀਅਸ ਹੈ ਲੋਕਾਂ ਦੇ ਆਪਾਂ ਇਹਨੂੰ ਲਾਈਟਲੀ ਨਾ ਲਈਏ ਐਂਡ ਤੁਸੀਂ ਹੁਣ ਮੈਨੂੰ ਲੱਗਦਾ ਹੁਣ ਕਹਿੰਦੀ ਲੋੜ ਨਹੀਂ ਹੈ ਜੇਕਰ ਹੁਣ ਵੀ ਲੋਕਾਂ ਨੂੰ ਕੋਈ ਇਸ ਤੇ ਸ਼ੱਕ ਹੈ ਤੇ ਕੋਈ ਵੀ ਚੈਨਲ ਕੋਈ ਰਹਿਿਆ ਨਹੀਂ ਹੈ ਇਸ ਦੇ ਬਾਰੇ ਸਿਰਫ ਕੋਵਿਡ ਦੀ ਗੱਲਾਂ ਹੋ ਰਹੀਆਂ ਨੇ ਸੋ ਆਪਾਂ ਵੈਕਸੀਨੇਸ਼ਨ ਅਰਲੀ ਲਗਾਈਏ ਤੇ ਰੋਜ਼ ਵੈਕਸਿਨ ਦੇ ਵਿੱਚ ਇਹ ਆਉਣਾ ਚਾਹੀਦਾ ਜਿੰਨੀ ਆਈ ਉਸੇ ਦਿਨ ਆਪਾਂ ਮੁਕਾ ਦਈਏ ਸੋ ਤਾਂ ਕਿ ਆਪਾਂ ਕਿਉਂਕਿ ਸਾਨੂੰ ਸਪਲਾਈ ਵੀ ਉਦੋਂ ਮਿਲਦੀ ਹੈ ਵੈਕਸਿਨ ਦੀ ਹੋਰ ਵਿੱਚ ਇਹ ਵੈਕਸਿਨ ਦੀ ਵੀ ਕੋਈ ਇੱਕ ਅੱਧੇ ਦਿਨ ਸ਼ਾਰਟੇਜ ਹੁੰਦੀ ਹੈ ਗਵਰਨਮੈਂਟ ਆਫ ਇੰਡੀਆ ਨਾਲ ਟੇਕਅਪ ਹੁੰਦੀ ਹੈ ਪਰ ਉਹ ਕਹਿੰਦੇ ਤੁਹਾਨੂੰ ਅਸੀਂ ਦਿੱਤੀ ਹੈ ਤੁਸੀਂ ਤੁਹਾਡੇ ਸਟਾਕ 'ਚ ਤਾਂ ਹਲੇ ਵੀ ਦਿਖਾ ਰਹੀ ਹੈ ਸਾਨੂੰ 3 ਦਿਨ ਪਹਿਲਾਂ 30000 ਆਈਆਂ ਨੇ ਇੱਕ ਦਿਨ 'ਚ ਹੀ ਲੱਗ ਸਕਦੇ ਸੀਗੇ ਅੱਜ ਤੀਜ ਤੇ ਜੇਕਰ 30000 ਅਸੀਂ ਮੁਕਾ ਦੇਨੇ ਗਵਰਨਮੈਂਟ ਆਫ ਇੰਡੀਆ ਕਹਿੰਦੀ ਠੀਕ ਹੈ ਇਹਨਾਂ ਦਾ ਸਟਾਕ ਨਿਲ ਹੈ ਇਹਨਾਂ ਨੂੰ ਹੋਰ ਦੇ ਦੇਣੇ ਸੋ ਇਹ ਇਸ਼ੂਜ਼ ਨੇ ਵੈਕਸੀਨ ਆਪਾਂ ਤੁਰੰਤ ਕਰਵਾਈਏ ਅੱਗੇ ਜੇਕਰ ਆਪਾਂ ਨੂੰ ਆਪਤਾ ਤੋਂ ਬਚਣਾ ਜੀ ਸਰ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 7000 ਦੇ ਕਰੀਬ ਕਰੋਨਾ ਪੇਸ਼ੈਂਟ ਦੇ ਅੰਕੜੇ ਹੋ ਚੁੱਕੇ ਨੇ ਔਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤੀਆਂ ਪੰਜਾਬ ਸਰਕਾਰ ਜਾਂ ਜਿਹੜਾ ਪ੍ਰਸ਼ਾਸਨ ਕਰ ਸਕਦਾ ਹੈ ਇਹ ਦੇਖੋ ਗਵਰਨਮੈਂਟ ਲੈਵਲ ਤੇ ਡਿਸੀਜਨ ਲਿੱਤਾ ਜਾਂਦਾ ਹੈ ਸਾਡੀ ਹਰੇਕ ਹਫਤੇ ਜਿਹੜੀ ਵੀਡੀਓ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਮੁਖ ਸਖਤਰ ਮੈਡਮ ਤੇ ਡੀਜੀਪੀ ਸਾਹਿਬ ਸ਼ਾਮਿਲ ਹੁੰਦੇ ਨੇ ਉਹ ਸਾਰਾ ਫੀਡਬੈਕ ਲੈਂਦੇ ਨੇ ਉਹ ਵੀ ক্লোਜ਼ ਨਜ਼ਰ ਬਣਾਈ ਹੋਇਆ ਜੇਕਰ ਅੱਗੇ ਲੱਗਦੀ ਹੈ ਸਿਚੁਏਸ਼ਨ ਸੀਰੀਅਸ ਹੈ ਤਾਂ ਉਹ ਸਟੇਟ ਗਵਰਨਮੈਂਟ ਲੈਵਲ ਤੇ ਡਿਸੀਜਨ ਲਿੱਤਾ ਜਾਣਾ ਤਾਂ ਉਹ ਸਾਨੂੰ ਕਨਵੇ ਕੀਤਾ ਜਾਊਗਾ ਸ਼ੁਕਰੀਆ ਸਰ ਗੱਲਬਾਤ ਧੰਨਵਾਦ ਜੀ ਤੁਹਾਡਾ ਬਹੁਤ ਜੀ ਬਿਲਕੁਲ ਦਰਸ਼ਕੋ ਗੱਲਬਾਤ ਜਿੱਥੇ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਕਰੋਨਾ ਵਾਇਰਸ ਤੋਂ ਅਸੀਂ ਕਿਸ ਤਰ੍ਹਾਂ ਬੱਸ ਸਕਦੇ ਆ ਪਰ ਜ਼ਿਆਦਾਤਰ ਧਿਆਨ ਸਾਡਾ ਇਸ ਪਾਸੇ ਚਲਾ ਗਿਆ ਹੈ ਕਿ ਸ਼ਹਿਰ ਦੇ ਹਾਲਾਤ ਬੱਤਰ ਹੋ ਗਏ ਨੇ ਅਸੀਂ ਅਸੀਂ ਚਰਚਾਵਾਂ ਵੀ ਇਹੀ ਕਰਦੇ ਆ ਲੋਕਾਂ ਨੂੰ ਡਰਾਉਂਦੇ ਵੀ ਆ ਕਿ ਕੁਝ ਕਟਨਾਵਾਂ ਇਸ ਤਰ੍ਹਾਂ ਦੀ ਵਾਪਰ ਰਹੀਆਂ ਨੇ ਜਿਹੜੀਆਂ ਇਸ ਸਮੇਂ ਦੇ ਵਿੱਚ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਔਰ ਡੀਸੀ ਸਾਹਿਬ ਨੇ ਵੀ ਇਹੀ ਹਦਾਇਤ ਕੀਤੀ ਹੈ ਕਿ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਉਹ ਵੈਕਸੀਨੇਸ਼ਨ ਵੈਕਸੀਨੇਸ਼ਨ ਵੱਧ ਤੋਂ ਵੱਧ ਸਾਨੂੰ ਲਗਵਾਉਣੀ ਚਾਹੀਦੀ ਹੈ ਕਰੋਨਾ ਤੋਂ ਬਚਣ ਦਾ ਇੱਕੋ ਇੱਕ ਹੱਲ ਹੈ ਕਿ ਵੈਕਸੀਨੇਸ਼ਨ ਅਸੀਂ ਵੱਧ ਤੋਂ ਵੱਧ ਲਗਾਵਾਂਗੇ ਤਾਂ ਹੀ ਅਸੀਂ ਕਰੋਨਾ ਤੋਂ ਬਚ ਸਕਦੇ ਹਾਂ ਇਸ ਕਰਕੇ ਤੁਹਾਨੂੰ ਵੀ ਅਹੀ ਅਪੀਲ ਹੈ ਕਿ ਵੱਧ ਤੋਂ ਵੱਧ ਰਿਯੂਮਰਾਂ ਤੋਂ ਬਚਰੋ ਨਾਲ ਦੀ ਨਾਲ ਕਰੋਨਾ ਵੈਕਸੀਨੇਸ਼ਨ ਜ਼ਰੂਰ ਕਰਵਾਓ ਤਾਂ ਜੋ ਰਲ ਮਿਲ ਕੇ ਜਿਹੜਾ ਹੈ ਇਕਜੁੱਟ ਹੋ ਕੇ ਇਸ ਬਿਮਾਰੀ ਤੋਂ ਆਪਾਂ ਸਾਰੇ ਬਚ ਸਕੀਏ ਕੈਮਰਾ ਪਰਸਨ ਪਵਨ ਦੇ ਨਾਲ ਮੈਂ ਅਮਨ ਚੰਦ ਡੈਨਿਕਸ ਵਿਰਾ ਟੀਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर राधे शर्मा चमत्कार होंगे अपनी अखा के सामने चौबीस घंटे परेशानी विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा हो गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 8558838617 ਇਹ ਤੁੰ ਬਾ ਤੁਣ ਤੁਣ ਵੱਜ ਜਾਏ ਵਿੱਚ ਨਾਮ ਸਾਈਆਂ ਦਾ ਗਜਦਾ ਏ ਨਾਲੇ ਸਭ ਦੇ ਦਿਲ ਨੂੰ ਠੱਗਦਾ ਏ ਸਭ ਦੇ ਦਿਲ ਨੂੰ ਠੱਗਦਾ ਏ ਜਦ ਮਿੱਠਾ ਮਿੱਠਾ